महामारी नाल जूझ रहे पंजाब दे गरीब लोकां लई अज अमृतसर विखे लोक इंसाफ पार्टी दे शहरी सीनियर यूथ प्रधान सुखजिंदर सिंह माहू भगतपुरा ने सरबत दा भला एजुकेशन वेलफेयर सोसाइटी दे प्रधान सुखराज सिंह सोहल ने सांझे तौर ते नारियल पानी दी रेहड़ी ला के लोगों नूं नारियल पानी पियाया ते संदेश दिता कि भारत ते पंजाब सरकार कोल लोगों नूं लगाउण लई ना तां वैक्सीन है ते ना ही ऑक्सीजन ते ना ही किटां, इस लई नारियल पानी पी के अपनी इम्यूनिटी वधाओ। इस मौके पत्रकारां नाल गल्लबात दौरान भगतपुरा ने कहा कि लोक इंसाफ पार्टी दे सरबत भला एजुकेशन वैलफेयर सोसाइटी दे सुखपाल सिंह सोहल नाल सलाह मशवरा करके असीं अपने निजी खर्चिआं नूं घटा के गरीब लोकां लई फ्री नारियल पानी दी रेहड़ी लाई है। उन्हां ने कहा कि समें समें ते गर्मी विच रेहड़ी लगाई जाई करेगी ਤਾਂ ਜੋ ਲੋਕ ਨਾਰੀਅਲ ਪਾਣੀ ਪੀ ਕੇ ਤੰਦਰੁਸਤ ਰਹਿ ਸਕਣ ਅਤੇ ਆਪਣੇ ਬੱਚਿਆਂ ਲਈ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਦਾ ਪੇਟ ਪਾਲ ਸਕਣ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੈਸ ਰਾਹੀਂ ਪੈਗਾਮ ਭੇਜਦਿਆਂ ਕਿਹਾ ਕਿ ਕੈਪਟਨ ਸਾਹਿਬ ਪਾਕਿਸਤਾਨ ਨੂੰ ਚੀਕੂ ਸੀਤਾਫਲ ਭੇਜਣ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਭਲੇ ਲਈ ਸੋਚਣ। ਉਹਨਾਂ ਨੇ ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਜਿਹੜੇ ਬੋਰਡ ਤੁਸੀਂ ਆਪਣੇ ਚਲੀ ਪਿੰਡਾਂ ਵਿੱਚ ਲਗਾਏ ਨੇ ਕਿ ਰਵਾਇਤੀ ਪਾਰਟੀਆਂ ਨੂੰ ਵੜਨ ਨਹੀਂ ਦੇਵਾਂਗੇ, ਉਹ 2022 ਦੀਆਂ ਚੋਣਾਂ ਤੇ ਲਗਾ ਕੇ ਰੱਖਣ ਅਤੇ ਇਹਨਾਂ ਬਾਗੜ ਬਿੱਲਿਆਂ ਨੂੰ ਆਪਣੇ ਪਿੰਡਾਂ ਦੀ ਜੂਹ ਵੀ ਨਾ ਟੱਪਣ ਦੇਣ। ਇਸ ਵੇਲੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਲੁੱਟ ਕਰਨ ਦੇ ਨਾਲ ਨਾਲ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਸ ਨਾਲ ਹਰ ਆਦਮੀ ਪਰੇਸ਼ਾਨ ਹੈ। ਮੈਂ ਸੁਖਰਾਜ ਸਿੰਘ ਸੋਹਲ, ਮੁੱਖ ਸੇਵਾਦਾਰ ਸਰਬੱਤ ਦਾ ਭਲਾ ਸੰਸਥਾ ਤੋਂ। ਅੱਜ ਬਹੁਤ ਹੀ ਸਤਿਕਾਰਯੋਗ ਲੋਕ ਇਨਸਾਫ ਪਾਰਟੀ ਦੇ ਉਪ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਤੋਂ ਸੁਖਜਿੰਦਰ ਸਿੰਘ ਮਾਹੂ ਅਤੇ ਸੁਸਾਇਟੀ ਵੱਲੋਂ ਇੱਕ ਸੇਵਾ ਵੇਲੇ ਏਕਾ ਉਸ ਨਾਅਰੇ ਦੇ ਤਹਿਤ ਅੱਜ ਜਿਹੜੇ ਸਾਡੇ ਸਤਿਕਾਰਯੋਗ ਮਿਹਨਤੀ ਕਿਰਤੀ ਲੋਕ ਆ, ਰਿਕਸ਼ੇ ਵਾਲੇ, ਟੈਂਪੂਆਂ ਵਾਲੇ ਜਾਂ ਹੋਰ ਦਰਜਾ ਬਦਰਜਾ ਜਿੰਨੇ ਵੀ ਕਿਰਤ ਵਾਲੇ ਇਹਨਾਂ ਹਾਲਾਤਾਂ 'ਚ ਵੀ ਘਰੋਂ ਨਿਕਲ ਰਹੇ ਆ, ਉਹਨਾਂ ਨੂੰ ਅੱਜ ਨਾਰੀਅਲ ਪਾਣੀ ਵੰਡਿਆ ਗਿਆ ਤਾਂ ਕਿ ਲੋਕਾਂ ਨੂੰ ਜਿੰਨੀ ਵੀ ਉਹਨਾਂ ਦੀ ਅਸੀਂ ਵੱਧ ਤੋਂ ਵੱਧ ਆਪਣੇ ਨਿੱਜੀ ਖਰਚੇ ਰੋਕ ਕੇ ਉਹਨਾਂ ਦੀ ਮਦਦ ਕਰ ਸਕਦੇ ਹਾਂ, ਉਹਨਾਂ ਦੀ ਸਿਹਤ ਸੰਬੰਧੀ ਜਿੰਨੀ ਮਦਦ ਕਰ ਸਕਦੇ ਹਾਂ ਉਹ ਕੀਤੀ ਗਈ। ਕਾਰਨ ਕੀ ਹੈ ਜੀ? ਕਾਰਨ ਜਿਹੜੀ ਸਾਡੀ ਸੂਬਾ ਸਰਕਾਰ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੁਰੀ ਤਰ੍ਹਾਂ ਫੇਲ ਆ ਅਤੇ ਬੁੱਧੀਜੀਵੀ ਲੋਕ ਜਿਵੇਂ ਮਾਊ ਸਾਹਿਬ ਨੇ ਇੱਕ ਸੋਚ ਇਹਨਾਂ ਨੇ ਉਹ ਉਪਰਾਲਾ ਜਿਹੜਾ ਸ਼ੁਰੂ ਕੀਤਾ ਵਾ, ਕਹਿੰਦੇ ਰੱਬ ਧਰਤੀ 'ਤੇ ਆਉਂਦਾ ਹੈ ਸਮਾਜ ਸੇਵਕਾਂ ਦਾ ਰੂਪ ਧਾਰ ਕੇ। ਸਰਕਾਰਾਂ ਨੂੰ ਭੋਰਾ ਸ਼ਰਮ ਨਹੀਂ, ਸਰਕਾਰਾਂ ਬੁਰੀ ਤਰ੍ਹਾਂ ਫੇਲ। ਕੈਪਟਨ ਦੀ ਗੱਲ ਕਰੀਏ ਉਹ ਪਾਕਿਸਤਾਨ ਵਾਲੇ ਚੱਕਰ 'ਚ ਫਸਿਆ, ਜੇ ਚੀਕੂ ਸੀਤਾਫਲ ਦੀ ਗੱਲ ਕਰੀਏ ਪਰ ਸਾਡੇ ਜਿਹੜੇ ਕਿਰਤੀ ਲੋਕ ਆ ਇਹਨਾਂ ਦਾ ਵਾਲੀ ਵਾਰ ਸਕਾਉਣੇ, ਜੇ ਫਿਰ ਸਾਨੂੰ ਇਹੋ ਜਿਹੇ ਫੈਸਲੇ ਲੈਣੇ ਪੈਣਗੇ ਵੀ ਆਪਣੇ ਨਿੱਜੀ ਖਰਚੇ ਰੋਕ ਕੇ ਇਹਨਾਂ ਭੈਣ ਭਰਾਵਾਂ ਦੀ ਬਾਹ ਫੜੀ। ਨਾਰਾ ਇੱਕ ਲਾਇਆ ਸੀ ਕਿ ਆਓ ਡਟ ਕੇ ਪਹਿਰਾ ਲਾਈਏ, ਕਰੋਨਾ ਮੁਕਤ ਸਮਾਜ ਬਣਾਈਏ। ਜੇ ਅਸੀਂ ਵੀ ਇਸ ਸੂਬੇ ਦੇ ਵਾਸੀ ਹਾਂ, ਇਸ ਸਮਾਜ ਦੇ ਵਾਸੀ ਹਾਂ, ਸਾਡਾ ਮੁੱਢਲਾ ਫਰਜ਼ ਬਣਦਾ ਕਿ ਜਿੱਥੇ ਆਪਣੀ ਘਰ ਦੀ ਦਲੀਲ ਦੇ ਅੰਦਰ ਅਸੀਂ ਆਪਣੇ ਸਾਰੇ ਸਿਸਟਮ ਨੂੰ ਸਹੀ ਕੀਤਾ ਤਾਂ ਉੱਥੇ ਸਾਡਾ ਬਣਦਾ ਕਿ ਅਸੀਂ ਦਸਵੰਧ ਰੂਪੀ ਇੱਥੇ ਲੋਕਾਂ ਦਾ ਜਿਹੜਾ ਉਹ ਭਲਾ ਕਰ ਸਕੀਏ। ਨਾਮ ਸੁਖਜਿੰਦਰ ਸਿੰਘ ਭਗਤਪੁਰਾ, ਲੋਕ ਇਨਸਾਫ ਪਾਰਟੀ ਤੋਂ ਜ਼ਿਲ੍ਹਾ ਉਪ ਪ੍ਰਧਾਨ। ਅੱਜ ਜਿਹੜਾ ਤੁਹਾਡੇ ਵੱਲੋਂ ਨਾਰੀਅਲ ਪਾਣੀ ਵੰਡੇ ਜਾ ਰਹੇ ਨੇ, ਇਹ ਦੇਖੋ ਜੀ, ਕਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ, ਪਿਛਲੇ 1.5-2 ਮਹੀਨੇ ਤੋਂ ਦੂਜੀ ਲਹਿਰ ਆਈ ਆ, ਉਹਦੇ ਸੰਬੰਧ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਵਾ ਪੰਜਾਬ ਸਰਕਾਰ ਕੀ, ਭਾਰਤ ਸਰਕਾਰ ਕੀ, ਦੋਨੇ ਸਰਕਾਰਾਂ ਬੁਰੀ ਤਰ੍ਹਾਂ ਫੇਲ ਹੋਈਆਂ ਨੇ ਹੈਲਥ ਸਿਸਟਮ ਦੇ ਵਿੱਚ। ਨਾ ਤਾਂ ਸਾਨੂੰ ਵੈਕਸੀਨ ਦੇ ਪਾ ਰਹੀਆਂ, ਨਾ ਸਾਨੂੰ ਕੋਈ ਦਵਾਈ ਮੈਡੀਸਨ, ਨਾ ਹੌਸਪੀਟਲ ਦੇ ਵਿੱਚ ਕਰੋਨਾ ਮਰੀਜ਼ਾਂ ਦਾ ਕੋਈ ਇਲਾਜ ਹੋ ਰਿਹਾ, ਨਾ ਆਕਸੀਜਨ, ਨਾ ਵੈਂਟੀਲੇਟਰ ਬੈੱਡ, ਨਾ ਕੁਛ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਸਰਕਾਰ ਵੱਲ ਨਹੀਂ। ਉਲਟਾ ਲੋਕਡਾਊਨ ਲਾ ਕੇ ਜਿਹੜੇ ਸਾਡੇ ਗਰੀਬ ਤਬਕੇ ਦੇ ਲੋਕ ਆ ਉਹਨਾਂ ਦੀ ਮੈਂਟਲੀ ਹਰਾਸਮੈਂਟ ਵੀ ਹੋ ਰਹੀ ਆ ਕਿ ਉਹਨਾਂ ਨੂੰ ਪੁਲਿਸ ਤੰਗ ਪਰੇਸ਼ਾਨ ਕਰਦੀ ਆ, ਉਹ ਕੰਮ ਨਹੀਂ ਕਰ ਸਕਦੇ, ਘਰ ਬੱਚੇ ਰੋਟੀ ਖਾਣ ਨੂੰ ਮੰਗਦੇ ਆ, ਉਹਨਾਂ ਨੂੰ ਬੜੇ ਪਰੇਸ਼ਾਨੀ ਹੁੰਦੀ। ਉਹਦਾ ਅਸੀਂ ਸਾਰਿਆਂ ਨੇ ਵਿਚਾਰ ਕਰਕੇ, ਮੇਰੇ ਛੋਟੇ ਵੀਰ ਸੁਖਰਾਜ ਸਿੰਘ ਸੋਹਲ ਸਰਬੱਤ ਦਾ ਭਲਾ ਸੰਸਥਾ, ਅਸੀਂ ਦੋਨਾਂ ਨੇ ਵਿਚਾਰ ਕਰਕੇ ਅਸੀਂ ਇੱਕ ਉਪਰਾਲਾ ਕੀਤਾ ਆਪਣੀ ਕਮਾਈ ਵਿੱਤ ਦੇ ਅਨੁਸਾਰ ਕਿ ਜਿੰਨਾ ਵੀ ਅਸੀਂ ਪੁੰਨ ਕਰ ਸਕੀਏ। ਗਰੀਬ ਲੋਕਾਂ ਨੂੰ ਅਸੀਂ ਵੈਕਸੀਨ ਤਾਂ ਨਹੀਂ ਦਿਵਾ ਸਕਦੇ, ਇਹ ਸਰਕਾਰਾਂ ਦਾ ਕੰਮ ਆ। ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਕਿ ਅਸੀਂ ਲੋਕਾਂ ਨੂੰ ਨਾਰੀਅਲ ਪਾਣੀ ਵੰਡੀਏ ਤਾਂ ਕਿ ਲੋਕਾਂ ਦੀ ਇਮਿਊਨਿਟੀ ਵਧੇ। ਜਿਹੜੇ ਲੋਕ ਆ ਇਹ ਘਰੋਂ ਬਾਹਰ ਆਉਣਾ ਇਹਨਾਂ ਦੀ ਮਜਬੂਰੀ ਆ, ਕਿਉਂਕਿ ਘਰ ਦੇ ਵਿੱਚ ਬੱਚੇ ਰਾਤ ਨੂੰ ਰੋਟੀ ਮੰਗਦੇ, ਰਾਸ਼ਨ ਮੰਗਦੇ ਆ, ਕੰਮ ਕਰਨਾ ਪੈਣਾ, ਅਤੇ ਜਦੋਂ ਇਹਨਾਂ ਬਾਹਰ ਆਉਣਾ ਇਨਫੈਕਸ਼ਨ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ, ਅਤੇ ਉਸ ਕਰਕੇ ਦਵਾਈਆਂ ਤਾਂ ਸਰਕਾਰ ਨੇ ਦੇਣੀਆਂ ਨਹੀਂ ਆ,
सरकार ते सरकार नूं ते अपने कामां वाली ध्यान आ, कैप्टन साहब नूं ते चीकू दा ते सीताफल दा ध्यान आ। मैं कैप्टन साहब नूं बेनती करूँगा, कैप्टन साहब ये चीकू ते सीताफल दे नाल इम्यूनिटी नहीं वधनी, नाले पाकिस्तान ना भेजो इंडिया दे विच, लोकां दा सोचो, पंजाब दे सोचो, जिन्हां ने तुहानूं राजे बनाया, जिन्हां ने गद्दी ते बिठाया, यही सोच के असी अज लोकां नूं नारियल पानी पियाया कि सरकारां नूं शर्म आवे। जिहड़े लीडर साढ़े अमृतसर दे विच बड़े बहुत ज़्यादा लीडरशिप आ, मैं कल अखबार दे विच पढ़ रहा सी, न्यूज़ भी देखिया सी, तुसीं भी सारे ने वेखिया होणगियां, असनी शेखड़ी कह रहा कि मेरा हलका, मेरे हलके च तृप्त रिंदर बाजवा इंटरफेयर ना करे। मैं ना हैरानी हाँ, मेरा हलका किस तरह हो गया? वोटां वास्ते तुहाडा हलका वा, जदों समाज दे विच कोई महामारी आउंदी, कोई बीमारी आउंदी, उदों तुसीं वड़दे नहीं, बात पंज साल तुसीं पुछी नहीं, तुहाडा हलका हो गया। पंजाब दे लोकां नूं भी बेनती आ, 2022 आउण वाली आ महामारी दा दौर याद रखियो, इन्हां बागड़ बिल्लियां नूं रवायती पार्टियां नूं वड़न ना दिओ। अज तुसीं बोर्ड लाए आ कि किसे रवायती पार्टी नूं, किसे पार्टी नूं असीं वड़न नहीं देना पिंडां 'च, ये बोर्ड 2022 तक रहन। सारे पंजाब दे लोकां नूं बेनती आ, अज पंजाब भारत पूरी दुनिया दे विच शर्मसार आ, सिर्फ इन्हां गंदे लीडरां दे करके, क्योंकि इन्हां ने पूरे 70 सालां दे विच कोई हैल्थ सिस्टम, कोई एजुकेशन सिस्टम नहीं दिता, लुट की लोगों के नाल, ते लोगों के नाल बहुत धक्केशाही की है। अमृतसर तो धर्मवीर गिल की रिपोर्ट, पंजाब 9 लई।